ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣੇ ਯੂਟਿਊਬ ਚੈਨਲ ਦਿਲਜੋਤ ਪਰਮਾਰ। ਦੋਸਤੋ, ਅੱਜ ਦੀ ਵੀਡੀਓ 'ਚ ਅਸੀਂ ਲੈ ਕੇ ਆਏ ਜੀ 11th ਕਲਾਸ ਦਾ ਫਾਈਨਲ ਪੇਪਰ, ਠੀਕ ਹੈ, 2024 ਦਾ, ਠੀਕ ਹੈ। ਇੱਕ ਸੈਂਪਲ ਪੇਪਰ ਆ, ਠੀਕ ਹੈ। ਮੇਰੇ ਕੋਲ 2 ਕੁ ਹੋਰ ਪਏ ਹੋਏ ਆ, ਠੀਕ ਹੈ, ਜੇ ਤੁਸੀਂ ਦੇਖਣੇ ਹੋਏ ਉਹ ਵੀ ਮੈਨੂੰ ਦੱਸ ਦਿਓ। ਇਹਦੇ ਵਿੱਚ ਬਹੁਤ ਇੰਪੋਰਟੈਂਟ ਕੁਸ਼ਚਨ ਨਾਲ ਹੀ ਜਿਵੇਂ ਤੁਹਾਡਾ ਪੈਟਰਨ ਹੁੰਦਾ ਉਸ ਹਿਸਾਬ ਨਾਲ ਹੁੰਦਾ, ਸੋ ਇਸ ਲਈ ਮੈਂ ਇਹ ਵੀਡੀਓ ਲੈ ਕੇ ਆਇਆ, ਠੀਕ ਹੈ। ਸੋ ਟਾਈਮ ਹੋਊਗਾ ਜੀ ਤੁਹਾਡੇ ਕੋਲ 2 ਘੰਟੇ 45 ਮਾਰਕਸ ਦਾ ਇਹਦੇ ਵਿੱਚ ਤੁਹਾਡਾ ਪੇਪਰ ਆ, ਠੀਕ ਹੈ। ਸੋ ਉਹ ਦੇਖ ਲਓ ਕਿੰਨੇ ਛੋਟੇ ਛੋਟੇ ਨਾਲ ਹੀ ਵਧੀਆ ਕੁਸ਼ਚਨਸ ਨੇ, ਠੀਕ ਹੈ। ਸੋ ਇੱਦਾਂ ਹੀ ਜ਼ਿਆਦਾਤਰ ਸਕੂਲਾਂ 'ਚ ਪਾਉਂਦੇ ਨੇ। ਮੈਂ ਤੁਹਾਨੂੰ ਇੱਕ ਹੋਰ ਪੇਪਰ ਦਿਖਾਉਂਦਾ ਹੁਣੀ, ਜੇ ਤੁਸੀਂ ਕਹੋਗੇ ਤਾਂ ਉਹਦਾ ਵੀ ਮੈਂ ਸ਼ਾਮ ਤੱਕ ਸਲਿਊਸ਼ਨ ਲੈ ਆਊਂਗਾ, ਠੀਕ ਹੈ। ਸੋ ਦੇਖਦੇ ਹਾਂ, ਇੱਕ ਤਾਂ ਦੇਖ ਲਓ ਆਹ ਵਾਲਾ ਵਾ, ਠੀਕ ਹੈ, ਜੇ ਤੁਸੀਂ ਇਹ ਵਾਲਾ ਦੇਖਣਾ ਵਾ, ਠੀਕ ਹੈ। ਸੋ ਇਹਦੇ ਵਿੱਚ ਆ ਤੁਹਾਨੂੰ ਪਹਿਲਾਂ ਵਸਟੂਨਿਸ਼ਟ ਕੁਸ਼ਚਨ ਮਿਲ ਜਾਣੀ, ਖਾਲੀ ਥਾਵਾਂ, ਸਹੀ ਗਲਤ, ਠੀਕ ਹੈ, ਫਿਰ MCQ, ਫਿਰ ਤੁਹਾਨੂੰ ਕੁਸ਼ਚਨਸ ਆਉਣਗੇ, ਠੀਕ ਹੈ, ਉਹਦੇ ਵਿੱਚ ਸਿੱਧਾ ਕੁਸ਼ਚਨਸ ਹੀ ਨੇ। ਸੋ ਹੁਣ ਦੇਖਦੇ ਹਾਂ ਨੈਕਸਟ। ਸੋ ਦੋਸਤੋ, ਆਪਾਂ ਇਹਦਾ ਆਨਸਰ ਹੁਣ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇੱਕ ਇੱਕ ਨੰਬਰ ਦੇ ਕੁਸ਼ਚਨਸ ਆ ਜਾਣਗੇ ਆਪਣੇ ਕੋਲ। ਚਿਪਕੋ ਅੰਦੋਲਨ ਕਿਸ ਨੇ ਸਟਾਰਟ ਕੀਤਾ? ਸਭ ਤੋਂ ਸੌਖਾ ਅਤੇ ਨਾਲ ਹੀ ਇੰਪੋਰਟੈਂਟ ਕੁਸ਼ਚਨ। ਸੋ ਇਹਦਾ ਅੰਦਰ ਆਨਸਰ ਆਜੂਗਾ ਜੀ ਸੁੰਦਰ ਲਾਲ ਬੋਲ ਬਹੁ ਗੁਣਾ, ਠੀਕ ਹੈ, ਸੁੰਦਰ ਲਾਲ ਬਹੁ ਗੁਣਾ। ਅਤੇ ਇਹ ਇੱਦਾਂ ਹੀ ਸੀ, ਮੈਨੂੰ ਹੁਣ ਭੁੱਲ ਗਿਆ, ਕਿਸਾਨ ਨੇ ਐਪਕੋ ਅੰਦੋਲਨ ਕਿੱਥੇ ਸ਼ੁਰੂ ਕੀਤਾ? ਸੋ ਇਹਦਾ ਆਨਸਰ ਆਜੂਗਾ ਜੀ ਆਪਣਾ ਕਰਨਾਟਕ, ਠੀਕ ਹੈ। ਸੋ ਕਿੱਥੇ ਸ਼ੁਰੂ ਹੋਇਆ ਸੀਗਾ? ਕਰਨਾਟਕ ਦੇ ਵਿੱਚ। ਮਨੁੱਖੀ ਪ੍ਰਦੂਸ਼ਣ ਦੇ ਕੀ ਕਾਰਨ ਹਨ? ਠੀਕ ਹੈ, ਸੋ ਦੋਸਤੋ ਤੁਸੀਂ ਇੱਥੇ ਲਿਖ ਸਕਦੇ ਹੋ ਮਨੁੱਖ ਜੋ ਪ੍ਰਦੂਸ਼ਣ ਛੱਡਣਾ ਉਸਨੂੰ ਕਹਿੰਦੇ ਆ, ਠੀਕ ਹੈ, ਅਤੇ ਕਿਹੜੇ ਕਿਹੜੇ ਹੋ ਗਏ ਜਿਵੇਂ ਗੱਡੀਆਂ 'ਚੋਂ ਨਿਕਲਦਾ, ਠੀਕ ਹੈ, ਵਗੈਰਾ ਵਗੈਰਾ। ਸੋ ਨੈਕਸਟ ਦੇਖਦੇ ਹਾਂ, ਸ਼ੋਰ ਪ੍ਰਦੂਸ਼ਣ ਮਨੁੱਖੀ ਸਿਹਤ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ? ਠੀਕ ਹੈ, ਸੋ ਜੋ ਸਾਡੇ ਕੀ ਕਹਿੰਦੇ ਆ ਸ਼ੋਰ ਜਿਹੜਾ ਹੁੰਦਾ ਵਾ ਉਹ ਸਾਨੂੰ ਕਿਵੇਂ ਸਿਹਤ ਨੂੰ ਖਰਾਬ ਕਰਦਾ? ਉਹ ਸਿਰ ਦਰਦ ਹੁੰਦਾ, ਠੀਕ ਹੈ, ਧੁਨੀ ਦਾ ਰੋਗ ਹੋ ਜਾਂਦਾ ਵਾ ਐਵੇਂ, ਠੀਕ ਹੈ। ਵਾਯੂਮੰਡਲ ਕੀ ਆ? ਠੀਕ ਹੈ, ਅਤੇ ਗ੍ਰੀਨ ਹਾਊਸ ਕਿਸ ਨੂੰ ਕਹਿੰਦੇ ਨੇ? ਰੁੱਖ ਲਗਾਓ ਤੋਂ ਕੀ ਭਾਵ ਆ? ਠੀਕ ਹੈ, ਰੁੱਖ ਲਗਾਉਣਾ ਇਹ ਤਾਂ ਸਾਨੂੰ ਇਹਨੂੰ ਪਤਾ ਹੀ ਹੋਊਗਾ। ਹੜ੍ਹਾਂ ਦਾ ਮੁੱਖ ਕਾਰਨ ਕੀ ਆ? ਠੀਕ ਹੈ, ਮੀਂਹ, ਠੀਕ ਹੈ। ਸੋ ਪੇੜ ਪੌਦੇ ਨਹੀਂ ਹੋਣਗੇ ਤਾਂ ਪਾਣੀ ਕਿਵੇਂ ਸੁੱਕੂਗਾ? ਫਿਰ ਹੜ੍ਹ ਹੀ ਆਉਣਗੇ, ਠੀਕ ਹੈ, ਮੀਂਹ ਦਾ ਕਾਰਨ। ਅਤੇ ਜਿਵੇਂ ਤੁਸੀਂ ਮਨੁੱਖੀ ਪ੍ਰਦੂਸ਼ਣ ਇੱਥੇ ਦੇਖ ਸਕਦੇ ਹੋ, ਠੀਕ ਹੈ, ਆਨਸਰ ਉਹਦਾ। ਸੋ ਹੋਰ ਦੇਖਦੇ ਹਾਂ ਆਪਾਂ ਕੀ ਕਾਰਨ ਨੇ, ਠੀਕ ਹੈ, ਸੋ ਕੀ ਕਾਰਨ ਨੇ ਇਹਦੇ ਮਨੁੱਖੀ ਪ੍ਰਦੂਸ਼ਣ ਦੇ? ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਵਾਯੂਮੰਡਲ ਕੀ ਆ? ਵਾਯੂਮੰਡਲ ਧਰਤੀ ਦੁਆਲਾ ਪਸਰਿਆ ਹੋਇਆ ਗੈਸਾਂ ਦਾ ਇੱਕ ਗਿਲਾਫ ਆ, ਠੀਕ ਹੈ। ਸੋ ਇਹਦੇ ਵਿੱਚ ਹੋਰ ਕੀ ਸੀ? ਗ੍ਰੀਨ ਹਾਊਸ ਕਿਸ ਨੂੰ ਕਹਿੰਦੇ ਆ? ਗ੍ਰੀਨ ਹਾਊਸ ਇੱਕ ਪ੍ਰਕਾਰ ਦੀ ਪਾਰਦਰਸ਼ੀ ਜਾਂ ਅਲਪ ਪਾਰਦਰਸ਼ੀ ਪਰਦੇ ਨਾਲ ਢੱਕਿਆ ਹੋਇਆ ਇੱਕ ਢਾਂਚਾ ਹੈ, ਠੀਕ ਹੈ। ਇਸ ਨੂੰ ਨਿਯੰਤ੍ਰਿਤ ਸਥਿਤੀਆਂ ਹੇਠ ਪੌਦੇ ਉਗਾਉਣ ਲਈ ਵਰਤਿਆ ਜਾਂਦਾ ਵਾ, ਠੀਕ ਹੈ। ਹੁਣ ਹੋ ਗਏ ਜੀ ਆਪਣੇ ਸਾਰੇ, ਰੁੱਖ ਲਗਾਉਣ ਤੋਂ ਕੀ ਪਾਵੇ ਤਾਂ ਛੱਡੋ, ਸ਼ੋਰ ਪ੍ਰਦੂਸ਼ਣ ਤੁਹਾਨੂੰ ਸਾਰੇ ਇਹ ਇੱਕ ਨੰਬਰ ਵਾਲੇ ਮੈਂ ਕਰਾਤੇ ਨੇ, ਠੀਕ ਹੈ। ਅਤੇ ਉਸ ਤੋਂ ਬਾਅਦ ਦੇਖੋ ਸਾਰਿਆਂ ਦੇ ਉੱਤਰ ਜ਼ਰੂਰੀ ਨੇ, ਠੀਕ ਹੈ। ਨੈਕਸਟ ਆ ਜੀ ਤੇਜ਼ਾਬੀ ਵਰਖਾ ਜਿਹਨੂੰ ਕਹਿੰਦੇ, 4-4 ਨੰਬਰਾਂ ਦੇ ਆ, ਠੀਕ ਹੈ। ਸੋ ਵੱਡੇ ਕਰਕੇ ਲਿਖਣੇ ਪੈਣੇ। ਖੜ੍ਹਾ ਪ੍ਰਦੂਸ਼ਿਤ ਪਾਣੀ ਮਨੁੱਖੀ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ? ਗ੍ਰੀਨ ਹਾਊਸ ਗੈਸਾਂ ਕੀ ਹਨ? ਕੁਦਰਤੀ ਅਤੇ ਮਨੁੱਖੀ ਆਫਤਾਂ ਵਿੱਚ ਅੰਤਰ ਦੱਸੋ। ਸਭ ਤੋਂ ਪਹਿਲਾਂ ਦੇਖ ਲਓ ਜੀ ਗ੍ਰੀਨ ਹਾਊਸ ਗੈਸਾਂ ਕੀ ਨੇ? ਗ੍ਰੀਨ ਹਾਊਸ ਗੈਸਾਂ ਜਿਹੜੀਆਂ ਇਨਫਰੈਂਡ ਰੇਡੀਏਸ਼ਨ ਸੋਖ ਲੈਂਦੀਆਂ ਹਨ ਅਤੇ ਗ੍ਰੀਨ ਹਾਊਸ ਸ਼ੀਸ਼ੇ ਦੀ ਤਰ੍ਹਾਂ ਕੰਮ ਕਰਦੀਆਂ ਹਨ। ਇਸ ਨਾਲ ਇਨਫਰੈਂਡ ਰੇਡੀਏਸ਼ਨ ਦਾ ਖਲਾਅ ਵੱਲ ਮੁੜ ਵਾਰ ਰੁਕ ਜਾਂਦਾ ਹੈ। ਕਾਰਬਨ ਡਾਈਆਕਸਾਈਡ, ਜਲਵ ਵਾਸ਼ਪ, ਓਜ਼ੋਨ, ਮੀਥੇਨ, ਨਾਈਟਰਸ ਆਕਸਾਈਡ ਅਤੇ CFS ਇਹਨਾਂ ਦੀ ਗੈਸਾਂ ਦੀ ਉਦਾਹਰਣ ਹੈ। ਹੁਣ ਕਰਦੇ ਹਾਂ ਜੀ ਆਪਾਂ ਨੈਕਸਟ, ਰੁੱਖ ਲਗਾਉਣ ਤੋਂ ਕੀ ਭਾਵ ਆ? ਠੀਕ ਹੈ, ਸੋ ਇਹ ਰਿਹਾ ਆਨਸਰ ਉਹਦਾ। ਸੋ ਇਹ ਤੁਸੀਂ ਦੇਖ ਸਕਦੇ ਹੋ ਕੁਦਰਤੀ ਅਤੇ ਮਨੁੱਖੀ ਆਫਤਾਂ ਵਿੱਚ ਅੰਤਰ। ਕੁਦਰਤੀ ਆਫਤਾਂ ਕੁਛ ਕੁਦਰਤੀ ਕਾਰਕਾਂ ਜਾਂ ਸ਼ਰਤਾਂ ਕਰਕੇ ਵਾਪਰਦੀਆਂ ਹਨ। ਮਨੁੱਖੀ ਆਫਤਾਂ ਮਨੁੱਖ ਦੀਆਂ ਅਣਗਹਿਲੀ ਅਤੇ ਗਲਤੀਆਂ ਨਾਲ ਵਾਪਰਦੀਆਂ ਨੇ, ਠੀਕ ਹੈ। ਨੈਕਸਟ ਦੇਖ ਲਓ,
ਇਹਨਾਂ ਆਫਤਾਂ ਲਈ ਜ਼ਿੰਮੇਵਾਰ ਕੁਦਰਤੀ ਸ਼ਕਤੀਆਂ ਨੇ, ਠੀਕ ਹੈ, ਜੋ ਮਨੁੱਖ ਤੋਂ ਬਾਹਰ ਹੈ, ਅਤੇ ਇਹਦੇ ਵਿੱਚ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਸੋ ਇਹ ਹੋ ਗਿਆ ਜੀ ਆਪਣੇ ਆਂਸਰ। ਉਹ ਪੁਆਇੰਟ ਤੁਸੀਂ ਹੋਰ ਬਣਾ ਸਕਦੇ ਹੋ ਆਪਣੇ ਵੱਲੋਂ 4 ਨੰਬਰ ਦਾ ਕਰਨ ਲਈ, ਕਿਉਂਕਿ ਠੀਕ ਹੈ ਇੱਥੇ 2 ਨੰਬਰ ਲਿਖਿਆ ਹੋਇਆ ਵਾ। ਸੋ ਹੁਣ ਦੇਖਦੇ ਹਾਂ ਨੈਕਸਟ, ਅਤੇ ਹੋਰ ਕਿਹੜੇ ਸੀਗੇ ਆਪਣੇ, 2 ਆ ਰਹਿ ਗਏ। ਖੜਾ ਪ੍ਰਦੂਸ਼ਿਤ ਪਾਣੀ ਮਨੁੱਖੀ ਸਿਹਤ ਨੂੰ ਕਿਵੇਂ ਪਹੁੰਚਾਉਂਦਾ, ਤੇਜ਼ਾਬੀ। ਜਿਵੇਂ ਤੁਸੀਂ ਦੇਖ ਸਕਦੇ ਹੋ ਤੇਜ਼ਾਬੀ ਵਰਖਾ ਕਿਵੇਂ ਹੁੰਦੀ ਹੈ, ਹਵਾ ਵਿੱਚ ਪ੍ਰਦੂਸ਼ਣ ਜਲਕਣਾਂ ਨਾਲ ਮਿਲ ਕੇ ਸਲਫਿਊਰਿਕ ਐਸਿਡ ਬਣਾਉਂਦੇ ਹਨ। ਇਹ ਸਲਫਿਊਰਿਕ ਐਸਿਡ ਵਰਖਾ ਦੀਆਂ ਬੂੰਦਾਂ ਬਣ ਕੇ ਜਦੋਂ ਧਰਤੀ ਦੀ ਸਤ੍ਹਾ 'ਤੇ ਡਿੱਗਦਾ, ਇਸ ਨੂੰ ਤੇਜ਼ਾਬੀ ਵਰਖਾ ਕਹਿੰਦੇ ਨੇ। ਸੋ ਜਿਵੇਂ ਖੜਾ ਪਾਣੀ ਕਿਵੇਂ ਮਨੁੱਖ ਨੂੰ ਪਰੇਸ਼ਾਨ ਕਰਾਉਂਦਾ, ਠੀਕ ਹੈ, ਮਲੇਰੀਆ ਡੇਂਗੂ ਵਰਗੇ ਖਤਰਨਾਕ ਰੋਗਾਂ ਦਾ ਬਣਦਾ, ਠੀਕ ਹੈ, ਇਹ ਸਾਰੇ ਰੋਗ ਮੱਛਰਾਂ ਦੁਆਰਾ ਫੈਲਾਏ ਜਾਂਦੇ ਹਨ। ਖੜਾ ਪਾਣੀ ਮੱਛਰਾਂ ਦਾ ਪ੍ਰਜਨਨ ਕਰਦਾ, ਠੀਕ ਹੈ। ਸੋ ਹੁਣ ਦੇਖਦੇ ਹਾਂ ਨੈਕਸਟ। ਸੋ ਨੈਕਸਟ ਆ ਜੂਗਾ ਜੀ ਆਪਣੇ ਕੋਲ ਭਾਗ ਈਡੀ, ਸਾਰੇ ਪ੍ਰੇਸ਼ਨ ਜ਼ਰੂਰੀ ਹਨ। 20 ਅੰਕਾਂ ਦਾ ਹੋਊਗਾ ਜੀ ਤੁਹਾਨੂੰ ਇਹ ਪਾਰਟ। 4 × 5 ਮੀਨਸ ਆਪਾਂ ਨੂੰ ਕਿੰਨੇ ਕੁਸ਼ਚਨਸ ਕਰਨੇ ਨੇ, ਸਾਰੇ ਦੇ ਉੱਤਰ ਕਰਨੇ ਆ, ਠੀਕ ਹੈ। ਸੋ 4 ਕੁਸ਼ਚਨ ਆ 5-5 ਨੰਬਰਾਂ ਦੇ। ਸਮੁੰਦਰੀ ਪਾਣੀ, ਠੀਕ ਹੈ, ਪ੍ਰਦੂਸ਼ਣ ਦੇ ਸਰੋਤਾਂ ਦਾ ਵੇਰਵਾ ਦਿਓ। ਖਤਰਨਾਕ ਪਦਾਰਥਾਂ ਉੱਪਰ ਇੱਕ ਨੋਟ ਲਿਖੋ। ਗ੍ਰੀਨ ਹਾਊਸ ਪ੍ਰਭਾਵ ਕਿਵੇਂ ਹੁੰਦਾ, ਠੀਕ ਹੈ, ਹੜ੍ਹ ਮਨੁੱਖੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦਾ, ਚਲੋ ਦੇਖਦੇ ਹਾਂ। ਸੋ ਜਿਵੇਂ ਤੁਸੀਂ ਦੇਖਦਾ ਹੜ੍ਹ ਕਿਵੇਂ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦਾ। ਸੋ ਇੱਥੇ ਦੇਖ ਸਕਦੇ ਹੋ ਹੜ੍ਹ ਮਨੁੱਖੀ ਜੀਵਨ ਨੂੰ ਇਸ ਤਰ੍ਹਾਂ, ਖਾਣ ਪੀਣ ਦੀਆਂ ਚੀਜ਼ਾਂ ਦੀ ਘਾਟ ਹੋ ਜਾਂਦੀ ਆ, ਬਿਮਾਰੀਆਂ ਫੈਲ ਜਾਂਦੀਆਂ, ਜਾਨਵਰਾਂ ਦੀ ਮੌਤ ਹੋ ਜਾਂਦੀ ਆ, ਜਾਨਵਰਾਂ ਲਈ ਚਾਰੇ ਪਾਸੇ ਘਾਟ ਹੋ ਜਾਂਦੀ ਆ, ਅਨੇਕਾਂ ਜਾਨਵਰ ਘਰ ਨਸ਼ਟ ਹੋ ਜਾਂਦੇ ਆ, ਕਈ ਲੋਕ ਮਾਰੇ ਵੀ ਜਾਂਦੇ ਹਨ, ਠੀਕ ਹੈ। ਸੋ ਹੁਣ ਦੇਖਦੇ ਹਾਂ ਨੈਕਸਟ। ਨੈਕਸਟ ਹੈਗਾ ਗ੍ਰੀਨ ਹਾਊਸ ਪ੍ਰਭਾਵ ਕਿਵੇਂ ਪੈਂਦਾ। ਧਰਤੀ ਦੇ ਆਲੇ ਦੁਆਲੇ ਪਸਿਆ ਹੋਇਆ ਵਾਯੂਮੰਡਲ ਇੱਕ ਗ੍ਰੀਨ ਹਾਊਸ ਵਾਂਗ ਕੰਮ ਕਰਦਾ ਹੈ। ਵਾਯੂਮੰਡਲ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ, ਜਲ ਵਾਸ਼ਪ, ਓਜ਼ੋਨ, ਮੀਥੇਨ, ਨਾਈਟਰਸ ਆਕਸਾਈਡ ਅਤੇ ਕਲੋਰੋਫਲੋਰੋਕਾਰਬਨਸ ਆਦਿ ਗੈਸਾਂ ਇਨਫਰੈੱਡ ਰੇਡੀਏਸ਼ਨ ਨੂੰ ਸੋਖ ਲੈਂਦੀਆਂ ਹਨ ਅਤੇ ਗ੍ਰੀਨ ਹਾਊਸ ਸ਼ੀਸ਼ੇ ਦੀ ਤਰ੍ਹਾਂ ਕੰਮ ਕਰਦੀ ਹੈ, ਠੀਕ ਹੈ। ਇਸ ਤਰ੍ਹਾਂ ਸੋ ਇਹ ਤੋਂ ਸਾਰਾ ਆਂਸਰ ਤੁਸੀਂ ਚੈੱਕਆਊਟ ਕਰ ਲੈਣੇ ਹੀ ਆ, ਠੀਕ ਹੈ। ਸੋ ਬਸ ਚਲੋ ਮੈਂ ਪਾੜੀ ਦਿੰਦਾ ਵਾਂ। ਗ੍ਰੀਨ ਹਾਊਸ ਪ੍ਰਭਾਵ ਅਧੀਨ ਧਰਤੀ ਦਾ ਵਾਯੂਮੰਡਲ ਅਤੇ ਤਾਪਮਾਨ ਵਿੱਚ ਹੌਲੀ ਹੌਲੀ ਵਾਧਾ ਹੋ ਰਿਹਾ ਹੈ। ਤਾਪਮਾਨ ਵਿੱਚ ਹੋ ਰਹੇ ਵਾਧੇ ਦੇ ਰੁਝਾਨ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ। ਸੋ ਹੁਣ ਆਪਾਂ ਕਰਦੇ ਹਾਂ ਜੀ ਨੈਕਸਟ। ਹੁਣ ਤੁਸੀਂ ਦੇਖ ਸਕਦੇ ਹੋ ਜੀ ਖਤਰਨਾਕ ਪਦਾਰਥਾਂ ਉੱਤੇ ਇੱਕ ਨੋਟ। ਕੋਈ ਵੀ ਫਾਲਤੂ ਪਦਾਰਥ ਜਿਹੜਾ ਮਨੁੱਖੀ ਸਿਹਤ ਜਾਂ ਵਾਤਾਵਰਨ ਲਈ ਖਤਰਾ ਪੈਦਾ ਕਰਦਾ ਹੈ, ਉਸਨੂੰ ਅਸੀਂ ਖਤਰਾ ਰਹਿੰਦ ਖੂੰਦ ਕਿਹਾ ਜਾਂਦਾ, ਠੀਕ ਹੈ। ਰਹਿੰਦ ਖੂੰਹਦ ਠੋਸ, ਤਰਲ ਜਾਂ ਗੈਸ ਦੇ ਰੂਪ ਵਿੱਚ ਹੋ ਸਕਦੇ ਹਨ, ਠੀਕ ਹੈ। ਖਤਰਨਾਕ ਰਹਿੰਦ ਖੂੰਹਦ ਕਈ ਪ੍ਰਕਾਰ ਦੇ ਐਸਿਡ, ਡਾਈਆਕਸਾਈਨਸ, ਠੀਕ ਹੈ, ਰਹਿੰਦ ਖੂੰਹਦ ਰਸਾਇਣਿਕ ਪਦਾਰਥ, ਹਸਪਤਾਲਾਂ ਦੀ ਲਾਗਕਾਰਕ, ਰਹਿੰਦ ਖੂੰਹਦ ਭਾਰੀਆਂ ਧਾਤਾਂ, ਕਾਰਬਨ, ਘੋਲਣ, ਪਾਲਿਕ ਕਲੋਰਿਨਡ, ਠੀਕ ਹੈ, ਬਾਈਫਨਾਈਲ, ਪੈਸਟੀਡਾਈਜ, ਰੇਡੀਓ ਐਕਟਿਵ ਪਦਾਰਥ ਸ਼ਾਮਿਲ ਹੁੰਦੇ ਹਨ। ਇਹ ਪਦਾਰਥ ਬਹੁਤ ਹੀ ਖਤਰਨਾਕ ਕਿਰਿਆਸ਼ੀਲ, ਠੀਕ ਹੈ, ਇਹ ਸਾਰਾ ਤੁਸੀਂ ਚੈੱਕਆਊਟ ਕਰ ਲਿਓ। ਅਤੇ ਹੁਣ ਆਪਾਂ ਦੇਖਦੇ ਹਾਂ ਜੀ ਆਖਰੀ ਕੁਸ਼ਚਨ। ਸੋ ਇਹਦਾ ਆਨਸਰ ਤੁਸੀਂ ਦੇਖ ਸਕਦੇ ਹੋ। ਜਿਵੇਂ ਸਮੁੰਦਰੀ ਪਾਣੀ ਵਿੱਚ ਸਿੱਟੇ ਗਏ ਰਸਾਇਣਿਕ ਪਦਾਰਥ ਸਮੁੰਦਰੀ ਭੋਜਨ ਜਲ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਉਹਨਾਂ ਦਾ ਜੈਵਿਕ ਵਿਸ਼ਾਲੀਕਰਨ ਹੋ ਜਾਂਦਾ ਹੈ। ਪੈਸਟੀਜ਼, ਠੀਕ ਹੈ, ਪੈਟ ਦੇਖ ਲਿਓ ਯਾਰ ਕੀ ਆ, ਹੁਣ ਮੇਰੇ ਕੋਲ ਟਾਈਮ ਘੱਟ ਆ, ਮੈਂ ਤੁਹਾਨੂੰ ਨਹੀਂ ਦੇਵਾਂ, ਪਾੜੀ ਦੇਣਾ ਸੀਗਾ। ਪਲਾਸਟਿਕ ਅਤੇ ਹੋਰ ਸੰਸ਼ਲਿਤ ਪਦਾਰਥਾਂ ਨੂੰ ਨਿਗਲਣ ਕਾਰਨ ਸਮੁੰਦਰੀ ਪੰਛੀਆਂ, ਸਮੁੰਦਰ ਧਨਧਾਰੀ ਜੀਵਾਂ, ਵੇਲਣ, ਡਾਲੀਫਿਨ, ਸੀਲ ਦੀ ਮੌਤ ਹੋ ਜਾਂਦੀ ਹੈ, ਠੀਕ ਹੈ, ਇਹਨਾਂ ਦੀ ਮੌਤ ਹੋ ਜਾਂਦੀ ਹੈ, ਠੀਕ ਹੈ। ਸੋ ਇਹ ਸੀ ਆਪਣਾ ਪੂਰਾ, ਜਿਸ ਕਾਰਨ ਮਨੁੱਖ ਦੀ ਮੌਤ ਵੀ ਹੋ ਸਕਦੀ ਹੈ। ਸਮੁੰਦਰ ਦਾ ਪਾਣੀ ਪ੍ਰਦੂਸ਼ਣ, ਖਾਸ ਕਰਕੇ ਸਮੁੰਦਰ ਕਿਨਾਰਿਆਂ ਨਾਲ ਤੱਟਵਰਤੀ ਖੇਤਰ ਵਸੋਂ ਉੱਪਰ ਡੂੰਘਾ ਆਰਥਿਕ ਪ੍ਰਭਾਵ ਪੈਂਦਾ ਹੈ, ਠੀਕ ਹੈ, ਮੱਛੀਆਂ ਨਹੀਂ ਮਿਲਦੀਆਂ, ਹੋਰ ਹੋ ਗਿਆ। ਇਹ ਸਮੁੰਦਰੀ ਬੀਚਾਂ ਦਾ ਮਨ ਪਚਾਵਾਂ ਮਹੱਤਵ ਘਟਾਉਣ ਲਈ
ਸੈਰ ਸਪਾਟੇ ਅਤੇ ਮੱਛੀ ਪਕੜਨ ਦੇ ਧੰਦੇ ਹੋਣ ਵਾਲੀ ਆਮਦਨ ਨੂੰ ਵੀ ਘਟਾਉਂਦਾ ਹੈ। ਠੀਕ ਹੈ, ਸੈਰ ਸਪਾਟੇ ਨੂੰ ਵੀ ਨਹੀਂ ਲੋਕ ਜਾਂਦੇ। ਸੋ ਦੋਸਤੋ, ਐਡਾ ਕੀ ਇਹ ਸਾਰਾ ਪੇਪਰ ਸੀਗਾ। ਜੇ ਤੁਸੀਂ ਨੈਕਸਟ ਪੇਪਰ ਵੀ ਸੋਲਵ ਕਰਾਉਣਾ ਨਾ ਮੇਰੇ ਤੋਂ, ਫਿਰ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਰੱਖਿਓ ਅਤੇ ਕਮੈਂਟ ਕਰ ਦਿਓ ਜੀ ਨੈਕਸਟ ਪੇਪਰ ਸੋਲਵ। ਆਪਾਂ ਸ਼ਾਮ ਤੱਕ ਜ਼ਰੂਰ ਸੋਲਵ ਕਰ ਦਾਂਗੇ ਸਾਰਾ ਪੇਪਰ। ਚਲੋ ਦੋਸਤੋ, ਬਾਏ।